के मुंडिया कला इलाके में स्थित डीसीसी नामक लोहे की फैक्ट्री में देर रात ब्लास्ट हो जाने से 11 कर्मचारी जख्मी हो गए, जबकि एक की मौत हो गई। इसके बाद सनसनी फैल गई और इसके बाद घायलों को अलग अलग अस्पतालों में भर्ती करवाया गया। अब पुलिस मौके पर पहुंचकर घटना की जाँच कर रही है। ਬਿਆਲ ਇਹਦੇ 'ਚ ਕੋਈ ਰਾਤ ਇੱਥੇ ਹੈਗੀ ਆ ਬਲਾਸਟ ਹੋਇਆ ਕੁਛ ਅਤੇ ਉਹਦੇ ਨਾਲ ਕੁਛ ਬੰਦੇ ਇਹਨਾਂ ਦੇ ਜਿਹੜੇ ਮਜ਼ਦੂਰ ਆ ਇੰਜਰਡ ਹੋਏ ਆ ਅਤੇ ਵੀ ਸੁਣਨ 'ਚ ਆਇਆ ਵੀ ਇੱਕ ਬੰਦੇ ਦੀ ਡੈਥ ਹੋਈ ਆ ਉਹ ਮੈਂ ਜੇ ਆਇਆ ਮੈਂ ਵੈਰੀਫਾਈ ਕਰਦਾ ਪੜਤਾਲ ਕਰਕੇ ਤੁਹਾਨੂੰ ਦੱਸ ਦੂੰ ਕੀ ਗੱਲ ਇੱਕ ਮੇਰੇ ਨੋਟ 'ਚ ਆਇਆ ਵੀ ਪੀ ਜੀ ਆਈ ਭੇਜਿਆ ਗਿਆ ਚੰਡੀਗੜ੍ਹ ਇੱਕ ਰਜਿੰਦਰਾ ਹਸਪਤਾਲ ਪਟਿਆਲੇ ਭੇਜਿਆ ਅਤੇ ਇੱਕ ਜਿਹੜਾ ਆ ਲੁਧਿਆਣੇ ਆ ਅਤੇ ਬਾਕੀ ਮਜ਼ਦੂਰ ਲੁਧਿਆਣੇ ਨੇ ਮੈਂ ਵੈਰੀਫਾਈ ਕਰ ਰਿਹਾ ਸਿਵਲ ਹਸਪਤਾਲ ਨੂੰ ਜਾ ਰਿਹਾ ਉੱਥੇ ਕਲੀਅਰ ਕਰਕੇ ਦੱਸਦਾ ਕੀ ਗੱਲ ਇੱਥੇ 20 ਤੋਂ 25 ਬੰਦੇ ਸ਼ਾਮ ਨੂੰ ਰਾਤ ਨੂੰ ਕੰਮ ਕਰਦੇ ਰਾਤ ਦੀ ਸ਼ਿਫਟ ਹੀ ਲੱਗਦੀ ਹੈ ਇੱਥੇ ਇਹ ਝਾਬੇ ਵਾਲ ਦੇ ਵਿੱਚ ਡੀਸੀ ਸਟੀਲ ਹੈ ਹਾਂ ਬੈਕ ਸਾਈਡ ਦਾ ਬਾਉਨ ਬ੍ਰੈਡ